ਸਸ਼ਿਕਾ ਢਿੱਲੀਪੋਸ ਦੇਖ ਰਹੇ ਤੁਸੀਂ ਔਰ ਮੈਂ ਹਾਂ ਵਿਸ਼ਾਲ ਦੋਸਤੋ ਇਸ ਵੇਲੇ ਆਪਾਂ ਜਿਹੜਾ ਯਾਰ ਕਸਬਾ ਰਮਦਾਸ ਦੇ ਵਿੱਚ ਮੌਜੂਦ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਭਾਰਤ ਨੂੰ ਜਿਹੜਾ ਪਾਕਿਸਤਾਨ ਤੋਂ ਆਜ਼ਾਦੀ ਲਏ ਜਿਹੜੇ ਆ ਕਰੀਬ 73 ਸਾਲ ਜਿਹੜੇ ਹੋ ਬੀਤ ਚੁੱਕੇ ਨੇ ਤੇ ਮੈਂ ਦੱਸਣਾ ਚਾਹੁੰਦਾ ਕਿ ਉਸ ਆਜ਼ਾਦੀ ਦੇ ਦੌਰਾਨ ਜਿਹੜੀਆਂ ਭਾਰਤ ਨੇ ਬਹੁਤ ਸਾਰੀਆਂ ਤਰੱਕੀਆਂ ਕੀਤੀਆਂ ਪਰ ਇੱਕ ਜਿਹੜੀ ਆ ਸ਼ੀਸ਼ਾ ਜਿਹੜਾ ਆਪਾਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਇਹ ਰਮਦਾਸ ਦਾ ਇਲਾਕਾ ਹੈ ਜੋ ਝੁੱਗੀਆਂ ਨੇ ਔਰ ਇਹ ਉਹ ਪਿੱਛੇ ਮੇਰੇ ਖੜੇ ਉਹ ਲੋਕ ਨੇ ਜੋ ਜਿਹੜਾ ਆ ਪੂਰੀ ਉਮਰ ਜਿਹੜਾ ਉਹ ਆਪਣੇ ਇੱਕ ਘਰ ਨੂੰ ਜਿਹੜ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੋਕਾਂ ਦੇ ਜਿਹੜੇ ਇਹਨਾਂ ਦੇ ਹਾਲਾਤ ਦੇਖ ਸਕਦੇ ਹੋ ਘਰਾਂ ਦੇ ਹਾਲਾਤ ਦੇਖ ਸਕਦੇ ਹੋ ਔਰ ਦੇਖ ਸਕਦੇ ਹੋ ਕਿ ਕਿੰਨਾ ਜਿਹੜੇ ਹਾਲਾਤਾਂ ਦੇ ਵਿੱਚ ਇਹ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਵੀ ਜਿਹੜੇ ਮੌਜੂਦ ਨੇ ਕੁਝ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਾਜੀ ਕੀ ਨਾਂ ਤੁਹਾਡਾ ਜੀ ਬਾਬਾ ਮੈਂ ਦੰਦੇ ਬਾਬਾ ਜੀ ਕਿੰਨੇ ਚਿਰ ਤੋਂ ਤੁਸੀਂ ਇੱਥੇ ਰਹਿ ਰਹੇ ਹੋ ਜਿੰਨੇ ਸਰਦ ਜੀ ਸਾਲ ਤੁਸੀਂ ਗਿਣੇ ਜਾਂਦੇ ਬੜੇ ਚਿਰ ਸਾਡੇ ਵੱਡੇ ਵੱਡੇ ਦੇ ਵੀ ਇੱਥੇ ਜੀ ਪੁੱਗੇ ਹੋ ਗਏ ਨੇ ਮਹਾਰਾਜ ਸਾਡੀ ਗਰੀਬਾਂ ਦੀ ਕਿਸੇ ਨੇ ਨਹੀਂ ਸੁਣੀ ਤੇ ਸਾਡੀ ਵੀ ਗਰੀਬਾਂ ਦੀ ਇਹ ਆ ਮੰਗਿਆ ਵੀ ਸਾਡੀ ਵੀ ਸੁਣੀ ਜਾਏ ਕਿਤੇ ਅਸੀਂ ਵੀ ਦੁਨੀਆ ਚ ਦਾਖਲ ਹੋ ਜਾਈਏ ਮਹਾਦੇਜ ਇਹ ਮੰਗਿਆ ਸਾਡੀ ਸਰਕਾਰ ਤੁਹਾਡੇ ਗਾਲੀਏ ਕਿ ਸਾਡੀ ਕਪਟਨ ਸਾਹਿਬ ਨੇ ਕੋਈ ਮੰਗ ਜਦੋਂ ਮੰਗਨੇ ਕੋਈ ਨਹੀਂ ਸਾਡੀ ਮੰਗ ਕਪਟਨ ਸਾਹਿਬ ਤੁਸੀਂ ਇਹ ਮੰਗ ਮੰਗੀ ਆ ਸਾਡੀ ਉਹ ਵੀ ਮੰਗ ਨਹੀਂ ਪੂਰੀ ਬਬਈ ਕਿੰਨੀਆਂ ਕੁ ਮੁਸ਼ਕਲਾਂ ਹੁੰਦੀਆਂ ਕਿਉਂਕਿ ਤੁਸੀਂ ਵੇਖਦੇ ਹੋ ਕਿ ਜਿੰਨਾ ਘਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਤੁਸੀਂ ਰਹਿ ਰਹੇ ਹੋ ਬਹੁਤ ਜਿਹੜਾ ਔਖਾ ਝਖੜ ਨੇਰੀ ਦੇ ਵਿੱਚ ਮੀਹਾਂ ਦੇ ਵਿੱਚ ਬਹੁਤ ਔਖਾ ਹੈ ਕਿੱਦਾਂ ਕਿੱਦਾਂ ਦੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਸਾਡਾ ਜੇ ਵੇਖੋ ਨੇਰੀਆਂ ਦੇ ਵਿੱਚ ਬੈਹ ਰਹੀਦਾ ਝੁਗੀਆਂ ਉੱਡ ਜਾਂਦੀਆਂ ਨੇ ਬਾਦ ਮੀਂਹ ਸਾਡੇ ਨੰਗਣ ਨੂੰ ਕੋਈ ਰਸਤਾ ਨਹੀਂ ਮਹਾਜ ਉਹ ਵੀ ਗਰੀਬ ਅਸੀਂ ਵੇਖੇ ਨਾ ਨੰਗੀ ਪੈਰੀ ਨੰਗੀ ਦਾਸ਼ਤਕ ਨੂੰ ਜਾਂਦਾ ਬਹੁਤ ਹਾਲਤ ਸਾਡੀ ਮੰਦੀ ਹੈ ਸਰਕਾਰ ਤੇ ਗਰੀਬਾਂ ਦੀ ਇਹ ਸੁਣੀ ਜਾਏ ਮਾਦਾ ਜੀ ਸਾਡੇ ਕੋ ਨਾ ਪਾਣੀ ਕੋਟ ਹੈਗਾ ਜੋ ਨਾ ਸਾਡੇ ਕੋ ਬੱਤੀ ਹੈਗੀ ਜੋ ਨਾ ਸਾਡੇ ਕੋ ਜਗਾ ਹੀ ਹੈਗੀ ਜ ਮਾਦਾ ਜੀ ਤੇ ਸਾਡੀ ਵੀ ਗਰੀਬਾਂ ਦੀ ਕਿਤੇ ਸੁਣੀ ਚ ਬਾਬਾਈ ਵੋਟਾਂ ਬਣੀਆਂ ਤੁਹਾਡੀਆਂ ਹਾਂਜੀ ਵੋਟਾਂ ਬਣੀਆਂ ਜੀ ਫਿਰ ਵੀ ਤੁਸੀਂ ਕਦੀ ਮੰਗ ਨਹੀਂ ਕੀਤੀ ਕੇ ਮਾਤਰੀ ਕੋ ਮੰਗ ਤੇ ਮੰਗੀ ਦੀ ਜੀ ਮਾਦਾ ਜੀ ਸਾਡੀ ਕੋ ਸੁਣਦਾ ਨਹੀਂ ਗਰੀਬ ਸਾਡੀ ਕਿਸੇ ਨੇ ਨਹੀਂ ਸੁਣੀ ਜੀ ਮੰਗ ਮੰਗੀ ਅਸੀਂ ਮਾਦਾ ਜੀ ਸਾਧਿਆਂ ਤੇ ਸਾਡੀ ਨਹੀਂ ਗਰੀਬਾਂ ਦੀ ਕਿਸੇ ਸੋ ਸਾਡੇ ਨਾਲ ਹੋਰ ਵੀ ਵਿਅਕਤੀ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰਨ ਲਈ ਕਿਉਂਕਿ ਬੜੀ ਤਰਾਸਦੀ ਹੈ ਕਿ ਇੰਨੇ ਸਾਲ ਜਿਹੜੇ ਆ ਉਹ ਬੀਤ ਚੁੱਕੇ ਨੇ ਔਰ ਜਿਹੜੀ ਦੁਨੀਆ ਨੇ ਇੰਨੀ ਤਰੱਕੀ ਕਰ ਲਈ ਪਰ ਇਹ ਲੋਕ ਜਿਹੜੇ ਅਜੇ ਵੀ ਉੱਥੇ ਦੇ ਉੱਥੇ ਹੀ ਜਿਹੜੇ ਨੇ ਉਹ ਮੌਜੂਦ ਨੇ ਕੀ ਨਾਂਜੀ ਤੁਹਾਡਾ ਮੁਖਾ ਜੀ ਕਿੰਨੇ ਚਿਰ ਤੋਂ ਤੁਸੀਂ ਇੱਥੇ ਰਹਿ ਰਹੇ ਹੋ 50-60 ਸਾਲ ਤੋਂ ਚੱਲੇ ਆ ਜੀ ਬੜਾ ਅਸੀਂ ਇੱਥੇ ਮਹੀਆਂ ਪਾਣੀਆਂ ਦੇ ਵਿੱਚ ਡੁੱਬਨੇ ਅਗੇ ਮੰਜਿਆ ਤੇ ਬਹਿ ਬਹਿ ਕੇ ਰਾਤਾ ਘੜੀਆਂ ਕੱਟਨੇ ਅਗੇ ਸਾਡੇ ਕੁਲੀਆਂ ਚ ਪਾਣੀ ਵੜ ਜਾਂਦੇ ਨੇ ਛਰਕਾਂ ਤੇ ਪਰੜੀਆਂ ਤੇ ਬਹਿ ਬਹਿ ਅਸੀਂ ਗੁਜ਼ਾਰੇ ਕਰਨੇ ਆ ਬਹੁਤ ਜਿਆਦੀ ਤੰਗੀ ਹੈ ਜੀ ਨਾ ਕੋ ਬੱਤੀ ਆ ਨਾ ਕੋ ਪਾਣੀ ਦਾ ਮਸਲਾ ਨਾ ਕੋ ਥਾਂ ਦਾ ਮਸਲਾ ਨਾ ਕੋ ਕੋਠੇ ਦਾ ਮਸਲਾ ਤੜਪਾਲਾਂ ਵਿੱਚੋਂ ਲੱਗ ਪੈਂਦੇ ਕੁੱਲੀਆਂ ਟੱਪਰੀਆਂ ਵੀ ਟੁੱਟ ਜਾਂਦੀਆਂ ਨੇਰੀਆਂ ਚੱਕਾਂ 'ਚ ਨਿਕੇ ਨਿਕੇ ਬੱਚੇ ਡੁੱਬਦੇ ਤਰਦੇ ਫਿਰਦੇ ਰਹਿੰਦੇ ਤੇ ਸਾਡੀ ਵੀ ਫਰਿਆਦ ਸੁਣੋ ਮਹਾਰਾਜ ਕਪਟਨ ਸਾਹਿਬ ਸਾਡਾ ਵੀ ਕਿਤੇ ਸੋਚੋ ਇੱਥੇ ਕੋ ਥਾਂ ਦਿਓ ਕੋ ਕੋਠਾ ਦਿਓ ਮਹਾਰਾਜ ਐਨੀ ਫਰਿਆਦ ਹੈ ਸਾਡੀ ਤੁਹਾਡਾ ਕਾਰੋਬਾਰ ਕੀ ਹੈ ਕੀ ਤੁਸੀਂ ਕਰਕੇ ਗੁਜ਼ਾਰਾ ਕੀਂਦਾ ਹੁੰਦਾ ਹੁੰਦਾ ਤੁਹਾਡਾ ਕੰਮ ਸਾਡਾ ਗੁਜ਼ਾਰਾ ਹੈ ਹੋਈ ਜਾਂ ਕਿਸੇ ਤੁਹਾਡੇ ਅਗਰੇ ਘਰਾਂ ਚ ਰੋਟੀ ਮੰਗ ਕੇ ਖਾ ਲੈਣੀ ਜਾਂ ਕਿਤੇ ਦਿਹਾੜੀ ਕਰ ਲੈਣੀ ਜਾਂ ਗੁਰਦੁਆਰਿਆਂ ਚੋਂ ਖਾ ਲੈਣੀ ਸਾਡਾ ਕੋਈ ਟਿਕਾਣਾ ਹੀ ਨਹੀਂ ਗਾ ਇੱਥੇ ਲਾਉਂਦਾ ਹੀ ਨਹੀਂ ਗਾ ਕੋਈ ਹੁਣ ਜਿਹੜਾ ਲਾਕਡਾਊਨ ਲੱਗਾ ਰਿਹਾ ਪਿੱਛੇ ਜਿਹੜਾ ਬਿਲਕੁਲ ਕਰਫਿਊ ਲੱਗਾ ਸੀਗਾ ਸਭ ਕੁਝ ਬੰਦ ਸੀਗਾ ਸਾਰੇ ਰੋਜ਼ਗਾਰ ਬੰਦ ਸਾਰੇ ਕੰਮ ਬੰਦ ਫਿਰ ਤੁਹਾਡਾ ਰੋਟੀ ਪਾਣੀ ਦਾ ਕਿੱਦਾਂ ਚੱਲਦਾ ਰਿਹਾ ਆ ਗੁਰਦੁਆਰਿਆਂ ਚੋਂ ਕਈ ਸਾਡੇ ਇਥੋਂ ਦੇ ਪ੍ਰਧਾਨ ਵੀ ਚਲੋ ਸਾਡੀ ਮਦਦ ਕਰਦੇ ਰਹੇ ਕੋ ਥੋੜਾ ਬਹੁਤਾ ਲ ਤੇ ਅੱਜ ਵੀ ਉਹਨਾਂ ਦੇ ਗੁਜ਼ਾਰੇ ਨਾਲ ਹੀ ਗੁਜ਼ਰ-ਗੁਜ਼ਾਰਾ ਕਰਦੇ ਨੇ। ਸੋ ਬੜੀ ਤਰਾਸ ਦੀ ਵਾਲੀ ਗੱਲ ਆ ਕਿਉਂਕਿ ਜਿਹੜਾ ਏਨੇ ਸਾਲ ਉਮਰ ਜਿਹੜੀ ਉਹ ਲੰਘ ਜਾਣੀ ਔਰ ਜਿਹੜਾ ਅਜੇ ਤੱਕ ਇਹਨਾਂ ਦਾ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਸਰਕਾਰ ਵੱਲੋਂ ਕੋਈ ਮਦਦ ਨਾ ਮਿਲਨੀ ਜਿਹੜੀ ਬੜੀ ਵੱਡੀ ਜਿਹੜੀ ਇਹ ਗੱਲ ਆ ਨਾਕਾਮੀ ਹੈ ਸਰਕਾਰਾਂ ਦੀ। ਕੀ ਨਾਮ ਤੁਹਾਡਾ ਭਾਜੀ? ਸਰ ਮੇਰਾ ਨਾਮ ਸਨੀ ਹੈ। ਕੀ ਕਰਦੇ ਹੋ ਤੁਸੀਂ ਕਾਰੋਬਾਰ ਕੀ ਤੁਹਾਡਾ? ਸਰ ਕਾਰੋਬਾਰ ਹੀ ਹੈ ਕੇ ਬਾਹਰ ਮੰਗ ਕੇ ਰੋਟੀ ਖਾਈਦੀ ਏ। ਜਿਸ ਤਰ੍ਹਾਂ ਕੋਈ ਦਿਹਾੜੀ ਮਿਲ ਗਈ ਕਰ ਲਈ। ਪਰ ਤੁਸੀਂ ਨੌਜਵਾਨ ਹੋ ਤੁਸੀਂ ਹਨਾ ਕੋਈ ਕੰਮ ਕਰ ਸਕਦੇ ਹੋ ਮਿਹਨਤੀ ਕੰਮ ਕਰ ਸਕਦੇ ਹੋ ਮਿਹਨਤੀ ਕੰ ਸਰਮਨ ਕੇ ਘਰ ਹੈ ਮੇਹਨਤੀ ਜਿਸ ਤਰ੍ਹਾਂ ਕੋਈ ਦਿਹਾੜੀ ਮਿਲ ਜਾਏ ਕਦੀ ਕਰ ਲਈ ਦੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੰਨਾ ਚੇਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਆਣ ਸਾਰੇ ਹੀ ਕੈਪਟਨ ਸਰਕਾਰ ਨੂੰ ਇਹੀ ਕਹਿੰਨੇ ਆ ਕਿ ਸਾਨੂੰ ਪਲਾਟ ਦਿੱਤੇ ਜਾਣ ਮਕਾਨ ਦਿੱਤੇ ਜਾਣ ਕਈ ਵੀ ਆਪਣੀ ਸੁਖ ਦੀ ਜ਼ਿੰਦਗੀ ਕੱਟ ਲਈਏ ਸਾਰੇ ਹੀ ਪੜ੍ਹੇ ਲਿਖੇ ਵੀ ਆ ਪਰ ਫਿਰ ਪੜ੍ਹੋ ਤੁਸੀਂ ਸਰ ਮੈਂ 11 ਕੀਤੀ ਹੈਗੇ ਆ ਅੱਛਾ ਜੀ ਹਾਂਜੀ ਤੇ ਕੋਈ ਚੰਗਾ ਕੰਮ ਵੇਖਣ ਦੀ ਨਹੀਂ ਕੋਸ਼ਿਸ਼ ਕੀਤੀ ਮੰਗਦੇ ਕਿ 11 ਪੜ੍ਹ ਕੇ ਵੀ ਤੁਸੀਂ ਮੰਗ ਰਹੇ ਹੋ ਸਰ ਜੋ ਆਡਾ ਪੇਸ਼ਾ ਨੌਕਰੀ ਇੱਕ ਦੋ ਵਾਰੀ ਪਤਾ ਕੀਤਾ ਸਰ ਕਹਿੰਦੇ ਪੈਸੇ ਮੰਗਦੇ ਗੜ ਏਦਾਂ ਫਿਰ ਤੁਸੀਂ ਸੋਚਦੇ ਨਹੀਂ ਸੁਪਨੇ ਨਹੀਂ ਵੇਖਦੇ ਲੋਕਾਂ ਨੂੰ ਗੱਡੀਆਂ ਜਿਹੜੇ ਦੇ ਦਿਲ ਨਹੀਂ ਕਰਦਾ ਕਿ ਆਪਣੀ ਵੀ ਗੱਡੀ ਹੋਵੇ ਮੈਂ ਪੜ੍ਹਨ ਵੀਂਦਿਆਂ ਪੜਿਆ ਲਿਖਿਆ ਵੀ ਆ ਮੈਂ ਫਿਰ ਵੀ ਮੰਗਦਾ ਮੇਰੇ ਕੋਲ ਆਪਣੀ ਗੱਡੀ ਹੋਵੇ ਆਪਣਾ ਸੋਹਣਾ ਘਰ ਹੋਵੇ ਸਰਕਾਰ ਸਾਰੇ ਚਾਹੁੰਦੇ ਆ ਸਰਕਾਰ ਕੋਲੋਂ ਕੇ ਸਾਨੂੰ ਵੀ ਨੌਕਰੀ ਦਿੱਤੀ ਜਾਵੇ ਕਿ ਲੋਕੀ ਗੱਡੀਆਂ 'ਚ ਘੁੰਮਦੇ ਅਸੀਂ ਵੀ ਗੱਡੀਆਂ 'ਚ ਘੁੰਮੀਏ ਇਹ ਉਹ ਤਾਂ ਵੇਖੋ ਉਹ ਤਾਂ ਤੁਹਾਨੂੰ ਆਪ ਮਿਹਨਤ ਕਰਕੇ ਲੈਣਾ ਪੈਗਾ ਸਾਰਾ ਮਿਹਨਤ ਦੇ ਸਾਰ ਕਰੀ ਦੀਏ ਨੌਕਰੀ ਵੀ ਮੰਗਨੇ ਆ ਸਰਕਾਰ ਕਰੋਗੇ ਸਾਨੂੰ ਨੌਕਰੀ ਵੀ ਦਿੱਤੀ ਜਾਏ ਸੋ ਵੇਖ ਸਕਦੇ ਆ ਕਿ ਜਿਹੜਾ ਲੋਕ ਜਿਹੜੇ ਨੇ ਉਹ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਜਿਹੜੇ ਨੇ ਉਹ ਮੰਗ ਰਹੇ ਨੇ ਘਰਾਂ ਦੇ ਵਿੱਚ ਜਾ ਕੇ ਔਰ ਇੱਥੇ ਬਜ਼ੁਰਗ ਜਿਹੜੇ ਆ ਮਾਤਾਵਾਂ ਵੀ ਨਾਲ ਨੇ ਮਾਤਾ ਜੀ ਸਾਰੀ ਉਮਰ ਲੱਗਦਾ ਲੰਘ ਚੱਲੀ ਆ ਤੁਹਾਡੀ ਹਾਂ ਸਾਰੀ ਉਮਰ ਹੀ ਲੰਘ ਚੱਲੀ ਸਾਡੀ ਕੀ ਕਹਿਣਾ ਜਾਂਉਂਦੇ ਆ ਤੁਸੀਂ ਹੁਣ ਸਾਨੂੰ ਇਹ ਵੀ ਕਿਤੇ ਥਾਂ ਮਿਲ ਜਾਈਏ ਸਾਨੂੰ ਮਕਾਨ ਮਿਲ ਜਾਨ ਕਿਤੇ ਅਸੀਂ ਵੀ ਕਿਤੇ ਰਹੀਏ ਸੁਪਨੇ ਲੈ ਇੰਨੇ ਘਰਾਂ ਦੇ ਇਹ ਕਿਤੇ ਸਾਡਾ ਬਣ ਗਿਆ ਪਰ ਉਹ ਸਾਨੂੰ ਸੁਫਨੇ ਹੀ ਰਹਿੰਦੇ ਕੋਈ ਬਣ ਨਹੀਂ ਦਿਆ ਤੇ ਚਲ ਕਿਤੇ ਸੋਚੋ ਸਾਡਾ ਵੀ ਗਰੀਬਾਂ ਦਾ ਵੀ ਇਹ ਗਰੀਬ ਵਿਚਾਰੇ ਕਿੱਥੇ ਰਹਿਣੇ ਇਥੇ ਰੂੜੀਆਂ ਵਿੱਚ ਜਿੱਥੇ ਉਹ ਮੱਛਰ ਗੁੱਤੀ ਇੰਨਾ ਮਰੇ ਕਿੰਦਾਂ ਦੀਆਂ ਮੁਸ਼ਕਲਾਂ ਆਉਂਦੀਆਂ ਤੁਹਾਨੂੰ ਬੜੀਆਂ ਗੰਦੀਆਂ ਗੱਦੀਆਂ ਬੋਵਾਂ ਵਿੱਚ ਬੈਹ ਰਹੀ ਤਾਂ ਕੀ ਕਰਗੇ ਫਿਰ ਹੁਣ ਕਾਰੋ ਵੇਤੋ ਤੇ ਵਿਚ ਵੜ ਕੇ ਬੂਹਾ ਮਾਰ ਲੀਕੇ ਹੁਣ ਕੀ ਕਰਗੇ ਉਹ ਟੱਪਰੀ ਆ ਉਹ ਥਾੜੀ ਵਾ ਆਉਂਦੀ ਰਹਿੰਦੀ ਆਹ بارشਾਂ ਦੇ ਦਿਨਾਂ ਦੇ ਵਿੱਚ ਕਿੱਦਾਂ ਦੀਆਂ ਫਿਰ ਮੁਸ਼ਕਲਾਂ ਆਉਂਦੀਆਂ ਤੁਹਾਨੂੰ ਕਿਉਂਕਿ بارشਾਂ ਦੇ ਦਿਨਾਂ ਦੇ ਵਿੱਚ ਤਾਂ ਬਹੁਤ ਮੁਸ਼ਕਲ ਹੁੰਦੀਆਂ। بارشਾਂ ਦੇ ਦਿਨਾਂ 'ਚ ਜਾਇਆ ਨਹੀਂ ਜਾਂਦਾ ਨਾ ਰੋਟੀ ਮਿਲਦੀ ਨਾ ਕੋਸ਼ੇ। ਮੇਰੇ ਕੋਲ ਹੁਣ ਹੀ ਨੰਗ ਹੁੰਦਾ ਪਾਣੀ 'ਚ ਮੈਂ ਬੈਹ ਰਹੀ ਨਹੀਂ। ਇੱਥੇ ਭੁੱਖੀ ਨੰਗੇ ਅਸੀਂ ਆ ਕੁੜੀਆਂ ਕਿਤੇ ਲਿਆਉਣ ਵਿਚਾਰੀਆਂ ਬੁਰਕੀ ਤੇ ਲਿਆ ਕੇ ਨਦੀ 'ਚ ਦਿੰਦੀਆਂ ਨੇ। ਕੀ ਕਰੀਏ? ਉਦੋਂ ਪਾਣੀ ਬੜਾਈ ਨਾ ਨਾ ਹੁੰਦਾ ਜੀ ਪਾਣੀ ਨੰਗ ਨਹੀਂ ਹੁੰਦਾ। ਤੇ ਕੀ ਕਰੀਏ ਫਿਰ بارشਾਂ 'ਚ ਹੋਣਾ? ਬੈਣਾ ਤਾਂ ਹੈ ਹੀ ਆ। ਤੇ ਜਿਕੇ ਤਾਂ ਸਾਡਾ ਸੋਚਣ ਕਪਟਨ ਸਾਹਿਬ ਹੋਰੀ ਤੇ ਚਲੋ ਸਾਡਾ ਵੀ ਕਿਤੇ ਬਣ ਜਾਣਾ ਘਰ ਬੂਆ ਅਸੀਂ ਵੀ ਕਿਤੇ ਬਹਿ ਕੇ ਵੇਖੀਏ ਘਰਾਂ ਚ ਸੁਪਨਾ ਕੀ ਤੁਹਾਡਾ ਸੁਪਨਾ ਇਹ ਹੋਇਆ ਵੀ ਘਰ ਸਾਡੇ ਬਣ ਜਾਣਾ ਅਸੀਂ ਵੀ ਕਿਤੇ ਬਹਿ ਜਾਈਏ ਘਰਾਂ ਚ ਹਾਂ ਇਹ ਸਾਡਾ ਸੁਪਨਾ ਬੱਚੇ ਵਿਚਾਰੇ ਤਰਲੇ ਲਿੰਦੇ ਰਹਿੰਦੇ ਨੇ ਕਿ ਉਹ ਤੰਬੂਆਂ 'ਚ ਹੀ ਗੁਜ਼ਰ ਕਰਨਗੇ ਗੱਲਾਂ ਕੀ ਕਰਕੇ ਫਿਰ ਤੇ ਹੁਣ ਸਾਡਾ ਵੀ ਕੋਈ ਸੋਚ ਔਰ ਫਿਰ ਸੋ ਬੜੀ ਤਰਾਸਦੀ ਵਾਲੀ ਗੱਲ ਹੈ ਸਰਕਾਰਾਂ ਵਾਸਤੇ ਵੀ ਕਿਉਂਕਿ ਜਿਹੜਾ ਲੋਕਾਂ ਲਈ ਜਿਹੜਾ ਘਰ ਜਿਹੜਾ ਉਹਦੀ ਮੰਗ ਕਰ ਰਹੇ ਨੇ ਕਾਫੀ ਸਮੇਂ ਤੋਂ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹ ਬਹੁਤ ਲੋਕਾਂ ਨੂੰ ਘਰ ਬਣਾ ਕੇ ਦੇ ਰਹੀਆਂ ਔਰ ਬਾਥਰੂਮ ਬਣਾ ਕੇ ਦਿੱਤੇ ਜਾ ਰਹੇ ਨੇ ਪਰ ਇਹਨਾਂ ਲੋਕਾਂ ਨੂੰ ਕੁਝ ਨਹੀਂ ਮਿਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਾਥਰੂਮ ਬਣਾ ਕੇ ਦੇ ਰਹੇ ਲੋਕੀ ਘਰਾਂ ਘਰਾਂ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਆਨੇ ਸਾਡੇ ਘਰ ਕੁਲੇ ਬਣ ਜਾਣ ਪਹਿਲਾਂ ਮਹਾਰਾਜ ਫੇਰ ਸਾਡਾ ਕਿਤੇ ਥਾਂ ਟਿਕਾਣਾ ਲੱਗ ਜਾਵੇ ਬਾਥਰੂਮ ਤੇ ਭਾਵੇਂ ਬਾਅਦ ਚ ਵੀ ਬਣ ਜਾਣਾ ਸਾਰੀ ਉਮਰ ਸਾਡੀ ਝੋਂਪੜੀਆਂ 'ਚ ਨੰਗ ਗਈ ਆ ਗਾੜੀ ਬੱਚਿਆਂ ਦੀ ਵੀ ਨੰਗ ਚੱਲੀ ਆ ਗਈ ਅਸੀਂ ਤੁਹਾਨੂੰ ਇਹੋ ਹੀ ਕਹਿਨੇ ਸੋਚਣਾ ਸਾਡੀ ਆ ਵੀ ਸਾਡਾ ਥਾਂ ਮਕਾਨ ਬਣ ਜਾਣਾ ਸਭ ਕੁਝ ਸਾਡਾ ਹੋ ਜਾਵੇ ਫੇਰ ਘਰ ਜਗਾ ਦੀ ਗੱਲ ਹੈ ਸੁਪਨਾ ਕੀ ਤੁਹਾਡਾ ਸੁਪਨਾ ਇਹੋ ਹੀ ਆ ਸਾਡਾ ਥਾਂ ਮਕਾਨ ਦਾ ਹੀ ਹੋਰ ਕਾ ਦਾ ਸੁਪਨਾ ਇਹੋ ਹੀ ਆਨੇ ਆਗੇ ਹੋ ਮੰਗ ਮੰਗਨੇ ਅੱਗੇ ਵੀ ਸਾਡੀ ਮੰਗ ਪੂਰੀ ਕਰ ਦਿਓ ਮਹਾਰਾਜ ਸਾਡੀ ਕਪਟਨ ਸਾਹਿਬ ਨੂੰ ਇਹ ਬੜੀ ਤਰਾਸਦੀ ਵਾਲੀ ਗੱਲ ਹੈ ਕਿਉਂਕਿ ਇਹਨਾਂ ਲੋਕਾਂ ਦੇ ਵਾਸਤੇ ਜਿਹੜੇ ਅੱਜ ਵੀ ਜਿਹੜੇ ਆ ਉਹ ਜ਼ਿੰਦਗੀ ਬਤੀਤ ਕਰ ਰਹੇ ਆ ਜਿਹੜੀ ਸ਼ਾਇਦ ਕਿਸੇ ਨੇ ਸੁਪਨੇ ਦੇ ਵਿੱਚ ਸੋਚੀ ਵੀ ਨਾ ਹੋਵੇ ਸਾਡੇ ਨਾਲ ਜਿਹੜੇ ਹੋਰ ਵੀ ਲੋਕ ਮੌਜੂਦ ਨੇ ਪ੍ਰਧਾਨ ਨੇ ਇਸ ਇਲਾਕੇ ਦੇ ਸ਼ੋਮਨੀ ਕਾਲੀ ਦਲ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਪ੍ਰਧਾਨ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਜੀ ਪ੍ਰਧਾਨ ਜੀ ਦੇਖ ਰਹੇ ਆ ਹਾਲਾਤ ਦੇਖ ਰਹੇ ਆ ਇਹਨਾਂ ਦੀ ਸੁਣੀ ਨਹੀਂ ਜਾ ਰਹੀ ਕੀ ਕਹਿਣਾ ਚਾਹੁੰਦੇ ਹੋ देखो जी 2015 ਦੇ ਵਿੱਚ ਜਦੋਂ ਸਾਡੀ ਨਗਰ ਕਾਉਂਸਲ ਬਣੀ ਉਤੋਂ ਪਹਿਲਾਂ ਲਗਾਤਾਰ 77 70 75 ਸਾਲ ਜਿਹੜੀ ਆ ਨਗਰ ਕਾਉਂਸਲ ਜਿਹੜੀ ਆ ਉਹ ਕਿਸੇ ਪਾਰਟੀ ਦੇ ਹੱਥ 'ਚ ਨਹੀਂ ਆਈ ਇੱਥੇ ਜਿਹੜੇ ਸਰਦਾਰ ਸੀ ਉਹਨਾਂ ਦੇ ਇੱਥੇ ਕਬਜ਼ੇ ਰਹੇ ਔਰ ਇਹਨਾਂ ਨੂੰ ਅਸੀਂ ਬਚਪਨ ਤੋਂ ਹੀ ਵੇਖਦੇ ਆਏ ਆ ਕਿ ਇਹਨਾਂ ਦਾ ਇਹੋ ਹੀ ਹਾਲ ਰਿਹਾ ਵਾ ਇਹਨਾਂ ਦਾ ਕੋਈ ਇਹਨਾਂ ਦਾ ਘਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸਰਕਾਰਾਂ ਨੇ ਕਿਸੇ ਨੇ ਨਹੀਂ ਕੀਤਾ 75 ਸਾਲ ਦੇ ਕਰੀਬ ਹੋ ਚਲੇ ਆ ਅੱਜ ਅਦੀ ਨੂੰ ਲੋਕੀਂ ਅਜੇ ਵੀ ਗੁੱਲੀ ਕੁੱਲੀ ਤੇ ਜੁੱਲੀ ਦੇ ਜਿਹੜੀਆਂ ਤਿੰਨ ਬੁਨਿਆਦੀ ਸਹੂਲਤਾਂ ਸਾਡੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਤਰਸਰੇ ਔਰ 2015 ਦੇ ਵਿੱਚ ਜਦੋਂ ਸਾਡੀ ਨਗਰ ਕੌਂਸਲ ਬਣੀ ਸਰਦਾਰ ਅਮਰਪਾਲ ਸਿੰਘ ਬੋਨੀ ਜੀ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਦੀ ਉਦੋਂ ਇਹਨਾਂ ਦੀਆਂ ਪਹਿਲਾਂ ਤੇ ਵੋਟਾਂ ਹੀ ਨਹੀਂ ਸੀ ਹੈਗੀਆਂ ਕਿਉਂਕਿ ਜਿੰਨਾ ਚਿਰ ਸੁੱਖ ਸਹੂਲਤਾਂ ਜਿਹੜੀਆਂ ਸਰਕਾਰ ਵੱਲੋਂ ਜਿਹੜੀਆਂ ਦਿੱਤੀਆਂ ਜਾਂਦੀਆਂ ਉਹਦੇ ਲਈ ਪਹਿਲਾਂ ਪਛਾਣ ਪੱਤਰ ਹੋਣਾ ਬੜਾ ਜ਼ਰੂਰੀ ਹੈ ਇਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਵੋਟਾਂ ਪੜਾਈਆਂ ਫਿਰ ਰਸ਼ਨ ਕਾਰਡ ਬਣਾਏ ਫਿਰ ਇਹਨਾਂ ਦੇ ਆਧਾਰ ਕਾਰਡ ਬਣਾਏ ਔਰ ਉਤੋਂ ਬਾਅਦ ਅਸੀਂ ਇਹ ਸੋਚ ਰਹੇ ਸੀ ਕਿ ਜਿਹੜੀ ਕੋਈ ਵੀ ਸਰਕਾਰੀ ਜ਼ਮੀਨ ਹੈ ਜਿ ਤਰ੍ਹਾਂ ਨਗਰ ਕੌਂਸਲ ਦੀ ਕੋਈ ਜ਼ਮੀਨ ਹੈ ਉਹਦੇ ਵਿੱਚ ਇਹਨਾਂ ਨੂੰ ਥੋੜੇ ਥੋੜੇ ਛੋਟੇ ਛੋਟੇ ਪਲਾਟ ਦੇ ਕੇ ਇਹਨਾਂ ਨੂੰ ਆਵਾਸ ਯੋਜਨਾ ਤਹਿਤ ਮਕਾਨ ਬਣਾ ਕੇ ਦਿੱਤੇ ਜਾਣ ਪਰ ਉਹ 2017 ਦੇ ਵਿੱਚ ਸਰਕਾਰ ਜਿਹੜੀ ਆ ਉਹ ਫੇਰ ਕਾਂਗਰਸ ਪਾਰਟੀ ਦੀ ਆ ਗਈ ਜਿਹਦੇ ਕਰਕੇ ਸਾਰਾ ਕੰਮ ਉੱਥੇ ਦਾ ਉੱਥੇ ਫੇਰ ਠੱਪ ਹੋ ਗਿਆ ਔਰ ਜਿਹੜੀਆਂ ਸਾਡੇ ਮਨ ਦੇ ਵਿੱਚ ਇਹਨਾਂ ਦੇ ਹੈਗੇ ਸੀਗੇ ਬਲਬਲੇ ਕਿ ਇਹਨਾਂ ਨੂੰ ਜਿਹੜਾ ਵਾ ਇਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਇਹਨਾਂ ਦੇ ਮਕਾਨ ਇਹਨਾਂ ਨੂੰ ਬਣਾ ਕੇ ਦਿੱਤੇ ਜਾਣ ਉਹ ਸਾਡਾ ਉਹਦੇ ਵਿੱਚ ਹੀ ਉਹਦਾ ਸਾਰਾ ਰਹਿ ਉਹ ਦੇਖਿਆ ਜਾਂਦਾ ਬੜੀ ਤਰਾਸਦੀ ਵਾਲੀ ਗੱਲ ਹੈ ਕਿਉਂਕਿ ਜਿਹੜਾ ਸਰਕਾਰਾਂ ਦਾ ਰੋਲ ਜਿਹੜਾ ਬਹੁਤ ਗਲਤ ਦਿਖ ਰਿਹਾ ਇੱਥੇ ਬਹੁਤ ਬਹੁਤ ਜਿਹੜੇ ਬਾਥਰੂਮ ਬਣਾਏ ਜਾ ਰਹੇ ਨੇ ਆਵਾਸ ਯੋਜਨਾ ਦੇ ਤਹਿਤ ਬਹੁਤ ਬਹੁਤ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਔਰ ਇਹਨਾਂ ਲੋਕਾਂ ਦੀ ਕੌਣ ਸੁਣੂਗਾ ਇਹਨਾਂ ਲੋਕਾਂ ਦੀ ਜੀ ਵੇਖੋ ਸਰਦਾਰ ਅੰਮਰਪਾਲ ਸਿੰਘ ਜੀ ਬੋਨੀ ਜਦੋਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਆਈ ਹੈ ਉਦੋਂ ਹੀ ਇਹਨਾਂ ਦਾ ਪ੍ਰੋਸੈਸ ਜਿਹੜਾ ਸ਼ੁਰੂ ਹੋਇਆ ਵਾ ਉਸ ਤੋਂ ਪਹਿਲਾਂ 70 ਸਾਲ ਲਗਾਤਾਰ ਕਾਂਗਰਸ ਜਿਹੜੀ ਆ ਉਹ ਮਤਲਬ ਕਾਬਜ ਰਹੀ ਆ ਪੰਜਾਬ ਤੇ ਵੀ ਤੇ ਉਹਨਾਂ ਨੇ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਵੇਲੇ ਹੀ ਇਹਨਾਂ ਵੱਲ ਜਿਹੜਾ ਧਿਆਨ ਦਿੱਤਾ ਔਰ ਇਹਨਾਂ ਦੇ ਜਿਹੜੀਆਂ ਵੋਟਾਂ ਬਣਾਈਆਂ ਨੇ ਜਾਂ ਪਛਾਣ ਪੱਤਰ ਬਣਾਏ ਉਹ ਤੇ ਬਾਅਦ ਹੀ ਸਾਰਾ ਕੁਝ ਜਿਹੜਾ ਉਹ ਹੋਣਾ ਸੀਗਾ ਉਹ ਇਹਦੇ ਦੌਰਾਨ ਹੀ ਜਿਹੜਾ ਵਾ ਸਰਕਾਰ ਜਿਹੜੀ ਉਹ ਫਿਰ ਕਾਂਗਰਸ ਦੀ ਆ ਗਈ ਜਿਹਦੇ ਕਰਕੇ ਸਾਰਾ ਉੱਥੇ ਦਾ ਉੱਥੇ ਰੁਕ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਸਾਡੀ ਜਦੋਂ ਸਰਕਾਰ ਆਉਂਦੀ ਆ ਇਹਨਾਂ ਨੂੰ ਜਿਹੜੇ ਮਕਾਨ ਜਿਹੜੇ ਬਣਾ ਕੇ ਦਿੱਤੇ ਜਾਣਗੇ ਆਪਾਂ ਸਰਦਾਰ ਅਮਰਪਾਲ ਸਿੰਘ ਜੀ ਬੋਨੀ ਦੀ ਗਵਾਈ ਹੇਠ ਜੋ ਵੀ ਸਰਕਾਰ ਬਣਦੀ ਆ ਤੇ ਉਹਦੇ ਚ ਇਹਨਾਂ ਨੂੰ ਮਕਾਨ ਜਿਹੜੇ ਉਹ ਬਣਾ ਕੇ ਦਿੱਤੇ ਜਾਣਗੇ ਸੋ ਮਾਤਾ ਇਹਨਾਂ ਕਰੀ ਫੇਰ ਗੱਲ ਕਰ ਮਾਤਾ ਕਿੰਨੇ ਪਰਿਵਾਰ ਨੇ ਇੱਥੇ ਕਿੰਨੇ ਘਰ ਨੇ ਇੱਥੇ ਹੈਗੇ ਬਾਬਾ 35 40 ਹੈਗੇ ਨੇ ਕਿ ਘਰ ਬੱਚੇ ਵੀ ਗਾੜੀ ਵੀ ਆਏ ਆ ਪਹਿਲੇ ਜਿਹੜੇ ਬਜ਼ੁਰਗੋ ਵੀ ਆਏ ਆ ਬੜੇ ਘਰ ਨਹੀਂ ਕੀ ਸਾਡੇ ਸੋ ਐਸੀਗੇ ਉਹ ਲੋਕ ਜਿਹੜੇ ਅੱਜ ਵੀ ਜਿਹੜਾ ਆ ਆਜ਼ਾਦੀ ਜਿਹੜੀ ਮਿਲਣ ਤੋਂ ਬਾਅਦ ਔਰ ਦੇਸ਼ ਕਹਿੰਦੇ ਨੇ ਬਹੁਤ ਤਰੱਕੀ ਕਰ ਚੁੱਕਾ ਔਰ ਇੰਨੀ ਤਰੱਕੀ ਹੋਣ ਦੇ ਬਾਅਦ ਵੀ ਜਿਹੜੀ ਆ ਇਹਨਾਂ ਦੀ ਤਰੱਕੀ ਜਿਹੜੀ ਆ ਬਿਲਕੁਲ ਨਹੀਂ ਹੋਈ ਔਰ ਅੱਜ ਵੀ ਜਿਹੜੇ ਨੇ ਉਹ ਆਪਣੀਆਂ ਮੁੱਢਲੀਆਂ ਸਹਾਇਤਾ ਤੋਂ ਮੁੱਢਲੀਆਂ ਸਹੂਲਤਾਂ ਤੋਂ ਜਿਹੜੀ ਆ ਉਹ ਵਾਂਝੇ ਨੇ ਸੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹੋਰ ਵੀ ਇਦਾਂ ਦੇ ਲੋਕਾਂ ਨਾਲ ਜਿਹੜਾ ਮਿਲਾਉਂਦੇ ਰਾਂਗੇ ਅਜਨਾਲਾ ਤੋਂ ਵਿਸ਼ਾਲ ਸ਼ਰਮਾ ਰਿਪੋਰਟ ਡੇਲੀ ਪੋਸਟ ਪੰਜਾਬੀ ਸਸ਼ਿਕਾ ਢਿੱਲੀਪੋਸ ਦੇਖ ਰਹੇ ਤੁਸੀਂ ਔਰ ਮੈਂ ਹਾਂ ਵਿਸ਼ਾਲ ਦੋਸਤੋ ਇਸ ਵੇਲੇ ਆਪਾਂ ਜਿਹੜਾ ਯਾਰ ਕਸਬਾ ਰਮਦਾਸ ਦੇ ਵਿੱਚ ਮੌਜੂਦ ਹੈ ਔਰ ਮੈਂ ਦੱਸਣਾ ਚਾਹੁੰਦਾ ਕਿ ਭਾਰਤ ਨੂੰ ਜਿਹੜਾ ਪਾਕਿਸਤਾਨ ਤੋਂ ਆਜ਼ਾਦੀ ਲਏ ਜਿਹੜੇ ਆ ਕਰੀਬ 73 ਸਾਲ ਜਿਹੜੇ ਹੋ ਬੀਤ ਚੁੱਕੇ ਨੇ ਤੇ ਮੈਂ ਦੱਸਣਾ ਚਾਹੁੰਦਾ ਕਿ ਉਸ ਆਜ਼ਾਦੀ ਦੇ ਦੌਰਾਨ ਜਿਹੜੀਆਂ ਭਾਰਤ ਨੇ ਬਹੁਤ ਸਾਰੀਆਂ ਤਰੱਕੀਆਂ ਕੀਤੀਆਂ ਪਰ ਇੱਕ ਜਿਹੜੀ ਆ ਸ਼ੀਸ਼ਾ ਜਿਹੜਾ ਆਪਾਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਉਹ ਇਹ ਰਮਦਾਸ ਦਾ ਇਲਾਕਾ ਹੈ ਜੋ ਝੁੱਗੀਆਂ ਨੇ ਔਰ ਇਹ ਉਹ ਪਿੱਛੇ ਮੇਰੇ ਖੜੇ ਉਹ ਲੋਕ ਨੇ ਜੋ ਜਿਹੜਾ ਆ ਪੂਰੀ ਉਮਰ ਜਿਹੜਾ ਉਹ ਆਪਣੇ ਇੱਕ ਘਰ ਨੂੰ ਜਿਹੜ